ਗਰਮੀ ਦੇ ਵਿੱਚ ਨਾ ਉਹ ਯਾਰ ਇਹਨਾਂ ਤੱਕ ਸਾਲੇ ਕਰੋ, ਚੈਨਲ ਸਬਸਕ੍ਰਾਈਬ ਕਰ ਦਿਓ, ਸ਼ੇਅਰ ਵੀ ਕਰ ਦਿਓ। ਹੋਰ ਨਹੀਂ ਹੁਣ ਬਾਜ਼ਾਰ ਵਿਖਾ ਦਿੰਦੇ ਆ, ਜਿਹੜੇ ਲੋਕ ਨੇ ਉਹ ਵਿਖਾ ਦਿੰਦੇ ਹੈਗੇ ਆ, ਕਿਹੋ ਜਿਹੇ ਵੋਟਰ ਨੇ ਉਹ ਵੀ ਦਿਖਾ ਦਿੰਦੇ ਹੈਗੇ ਆ, ਕਿੰਨੇ ਵੀ ਦੇਖਣ ਨੂੰ ਮਿਲਦੇ ਆ ਯਾਰ। ਇਹ ਤਾਂ ਇਲੈਕਸ਼ਨਾਂ ਦੇ ਵੇਲੇ ਹੀ ਤੁਹਾਨੂੰ ਅਸੀਂ ਦਿਖਾਉਂਦੇ ਹੈਗੇ ਹਾਂ, ਅੱਗੇ ਪਿੱਛੇ ਤੁਹਾਨੂੰ ਹੋਰ ਹੀ ਖਬਰਾਂ ਦੇਖਣ ਨੂੰ ਮਿਲਦੀਆਂ ਨੇ। ਔਰ ਕੀ ਹਾਲ ਹੈ ਉਸਤਾਦ ਤੇਰਾ? ਔਰ ਠੀਕ ਹੈ? ਆਹ ਅੱਜ ਕੱਲ੍ਹ ਦਾ ਵਾਲਾ ਸਟਾਈਲ ਹੀ ਬਹੁਤ ਵਧੀਆ ਵਧੀਆ ਬਣ ਗਏ ਹੈਗੇ ਨੇ, ਪਹਿਲੇ ਹੁੰਦਾ ਸੀ ਇੱਕੋ ਹੀ ਕਟਿੰਗ ਹੁੰਦੀ ਸੀਗੀ। ਹੈਂ, ਹੋਰ ਉਹ ਕੀ ਹਾਲ ਹੈ ਤੇਰਾ? ਠੀਕ ਹੈ? ਔਰ ਮੈਂ ਨਾ ਇੱਧਰ ਆਇਆ ਸੀਗਾ, ਵੋਟਾਂ ਪੈ ਰਹੀਆਂ ਤੁਹਾਡੇ ਇਲਾਕੇ ਦੇ ਵਿੱਚ MLA ਦੀਆਂ, ਅਤੇ ਆਮ ਆਦਮੀ ਪਾਰਟੀ ਆਊਗੀ, BJP ਆਊਗੀ ਅਤੇ ਕਾਂਗਰਸ ਆਊਗੀ? ਭਾਈ ਇੱਥੇ ਤਾਂ ਕਾਂਗਰਸ ਹੀ ਆਉਣੀ ਆ। ਕਾਂਗਰਸ ਆਉਣੀ ਆ? ਪੱਕਾ ਹੀ ਆ? ਪੱਕਾ ਹੀ ਯਾਰ। ਪਿੱਛੇ ਮੈਨੂੰ ਬੰਦੇ ਕਹਿੰਦੇ ਸੀ ਇੱਥੇ ਉਹ ਆ ਰਹੀ ਹੈਗੀ ਆ, ਝਾੜੂ ਆ ਰਿਹਾ। ਹਾਂਜੀ, ਝਾੜੂ ਹੀ ਆ ਰਿਹਾ। ਇਹ ਕਹਿੰਦਾ ਕਾਂਗਰਸ ਆਉਣੀ, ਕਹਿੰਦਾ ਝਾੜੂ ਆਉਣਾ। ਹੈਂ, ਇਹ ਕੀ ਚੱਕਰ ਹੈਗਾ ਵਾ ਭਾਈ? ਆਉਣੀ ਕਾਂਗਰਸ, ਚੰਨੀ ਨੇ ਜਿੱਤਣਾ। ਨਹੀਂ, ਪਹਿਲੇ ਝਾੜੂ ਜਿੱਤਿਆ ਸੀ, ਝਾੜੂ 'ਚ ਸੈਂਟਰ 'ਚ ਪੰਜਾਬ 'ਚ ਸਰਕਾਰ ਆ। ਉਹ ਸੈਂਟਰ 'ਚ, ਉਹ ਸੈਂਟਰ 'ਚ ਤਾਂ ਮੋਦੀ ਆ ਜੀ। ਅੱਛਾ, ਸੈਂਟਰ 'ਚ ਤਾਂ ਮੋਦੀ ਆ। ਮੋਦੀ ਨੂੰ ਸੀਤਲ ਵੋਟ ਨਹੀਂ ਪਾਣੀ? ਮੋਦੀ ਨੂੰ ਪਾਣੀ ਨਹੀਂ। ਅੱਛਾ, ਆਉਣੇ ਸੈਂਟਰ 'ਚ ਪੰਜੇ ਨੇ ਆਉਣਾ। ਪੰਜੇ ਨੇ ਆਉਣਾ ਹੁਣ ਐਤਕੀ? ਹਾਂਜੀ, ਲੋ ਵੀ ਕਹਿੰਦਾ ਪੰਜੇ ਨੇ ਆਉਣਾ। ਬਾਬੂ ਜੀ, ਹੋਰ ਕਿਆ ਹਾਲ ਹੈ? ਜੇ ਕਹਿੰਦਾ ਪੰਜਾ ਆਏਗਾ, ਆਪਕੀ ਪੰਜਾ ਆਊਗਾ ਕਹਿੰਦਾ ਇਹਦੇ ਇਲਾਕੇ 'ਚ, ਉਹ ਕਹਿੰਦਾ ਝਾੜੂ ਆਊਗਾ ਮੁੰਡਾ ਕਹਿੰਦਾ। ਜ਼ਿਆਦਾਤਰ ਤਾਂ ਮਹਿੰਦਰ ਭਗਤ ਹੀ ਹੈ। ਭਗਤ ਚੁੰਨੀ ਨਾਲ ਖੜਾ ਹੀ ਨਹੀਂ ਜਿੱਤੇਗਾ ਕਿੱਦਾਂ? ਭਗਤ ਖੜਾ ਨਾ, ਭਗਤ ਤਾਂ ਖੜਾ ਹੀ ਹੈ ਨਾ। ਭਗਤ ਭਗਤ ਕਹਿੰਦੇ ਖੜਾ ਵਾ, ਕਾਂਗਰਸ ਕਹਿੰਦੇ ਜੀ ਆਪਣਾ ਜਿੱਤੂਗਾ ਭਗਤ। ਤੁਹਾਡੇ ਵਾਸਤੇ ਕੀ ਖਿਆਲ ਹੈਗਾ ਵਾ ਭਾਜੀ? ਤੁਸੀਂ ਉਹਨਾਂ ਨੂੰ ਪੁੱਛੋ, ਠੀਕ ਹੈ? ਅੱਛਾ ਅੱਛਾ ਅੱਛਾ, ਚਲੋ ਚੰਗੀ ਗੱਲ ਹੈਗੀ। ਵੈਸੇ ਤੁਸੀਂ ਵੀ ਦੱਸ ਸਕਦੇ ਹੈਗੇ, ਜੇ ਹੁਣ ਆਪੇ ਤਾਂ ਨਹੀਂ ਲੱਗਣਾ ਹੈਗਾ। ਚਲੋ, ਤੁਸੀਂ ਤਾਂ ਕਹਿ ਤਾ ਦੋਵਾਂ ਨੇ। ਹਾਂਜੀ ਹਾਂ, ਬਾਬੂ ਜੀ ਕਹਿੰਦੇ ਅਸੀਂ ਪ੍ਰੈਸ ਤੋਂ ਹੈਗੇ ਹਾਂ, ਕਹਿੰਦੇ ਅਸੀਂ ਗੱਲ ਨਹੀਂ ਕਰ ਸਕਦੇ ਹੈਗੇ। ਬਿਲਕੁਲ ਪਰ ਜੀ, ਹਾਂ ਸਾਡੇ ਇਲਾਕੇ ਨਹੀਂ ਨਹੀਂ ਤੁਹਾਡੇ ਇਲਾਕਾ ਜਨਾਬ ਜਲੰਧਰ ਵਾਲੇ ਤੁਸੀਂ? ਹਾਂ, ਹਰ ਬੰਦਾ ਪ੍ਰੈਸ ਰਿਪੋਰਟਰ ਹੈ ਯਾਰ। ਯੂਟਿਊਬ ਚੈਨਲ ਖੋਲੋ, ਈਮੇਲ ਖੋਲੋ, ਈਮੇਲ ਤੇ ਤੁਸੀਂ ਯੂਟਿਊਬ ਜਾਓ, ਯੂਟਿਊਬ ਤੇ ਚੈਨਲ ਬਣਾਓ। ਸਹੀ ਆ ਯਾਰ, ਚੈਨਲ ਬਣਾਉਣਾ ਵੀ ਔਖਾ ਕੰਮ ਨਹੀਂ ਅੱਜ ਕੱਲ੍ਹ, ਪ੍ਰੈਸ ਬਣਨਾ ਵੀ ਵੱਡਾ ਕੰਮ ਨਹੀਂ ਹੈਗਾ। ਤੁਸੀਂ ਸਾਡਾ ਚੈਨਲ ਖੋਲ ਕੇ ਦੇਖ ਲਓ ਜੀ, AGL ਪਾ ਲਓ। ਹਾਂ ਹਾਂ ਹਾਂ, ਆਹ ਲਾਈਵ ਕਿੱਡੀ ਕਿੱਡੀ ਬਣਿਆ, ਲਿਖਣ ਦੇ ਆ ਭਾਈ ਜੀ, ਲਿਖਾਈ ਉਹ ਹੈ ਪ੍ਰਿੰਟ ਮੀਡੀਆ ਇਹਨਾਂ ਦਾ। ਇਹ ਬਾਬੂ ਜੀ ਗੱਲਬਾਤ ਹੀ ਕੁਛ ਹੋਰ ਹੈਗੀ ਆ। ਇਹ ਤਾਂ ਮੈਂ ਤਾਂ ਇਹ ਗੱਲ ਕਰ ਰਿਹਾ, ਜੋ ਆ ਜਿਹੜੇ ਚੈਨਲ ਆ ਨਾ, ਇਹ ਤਾਂ ਪੁਆਇੰਟ ਪੁੱਟ ਆਊਟ ਕੀਤਾ ਨਾ ਕਿ ਹਰ ਬੰਦਾ ਤਾਂ ਦਿਖਾਇਆ ਭਾਜੀ। ਹਾਂ, ਹਰ ਬੰਦੇ ਨੂੰ ਤੁਸੀਂ ਪੰਜਾਂ ਜਲਾ ਬਰਾਬਰ ਨਹੀਂ ਹੁੰਦੀਆਂ, ਤੁਸੀਂ ਮੀਡੀਆ ਨੂੰ ਇਦਾਂ ਨਹੀਂ ਚੋੜ ਨਹੀਂ ਕਹਿ ਸਕਦੇ ਹੈਗੇ। ਅਸਾਂ ਵੀ ਆਪਾਂ ਦਾ ਅਸੀਂ ਸੋਸ਼ਲ ਮੀਡੀਆ ਵਾਲੇ ਹੈਗੇ ਆ, ਅਸੀਂ ਨਾ ਅਸੀਂ ਪ੍ਰੈਸ ਵਾਲੇ ਨਹੀਂ ਹੈਗੇ, ਅਸੀਂ ਸੋਸ਼ਲ ਮੀਡੀਆ ਵਾਲੇ ਆ। ਜਿਹੜਾ ਜੈਨੂਇਨ ਮੀਡੀਆ ਵਾਲਾ ਉਹਦੇ ਉੱਤੇ ਵੀ ਐਲੀਗੇਸ਼ਨ ਲਾ ਨਹੀਂ ਨਹੀਂ ਅਸੀਂ ਪਤਾ ਕਰ ਲਾ ਰਹੇ ਹੋ, ਅਸੀਂ ਕਹਿੰਦੇ ਵੀ ਯੂਟਿਊਬ ਤੇ ਜਿਹੜਾ ਮਰਜ਼ੀ ਚੈਨਲ ਬੰਦਾ ਬਣਾ ਲਵੇ, ਅਸੀਂ ਆਪਣਾ ਦੱਸਦੇ ਆ। ਈਮੇਲ ਖੋਲੋ, ਈਮੇਲ ਯੂਟਿਊਬ 'ਚ ਜਾਓ, ਆਪਣਾ ਚੈਨਲ ਬਣਾ ਲਓ। ਹਾਂ, ਮੈਂ ਕਹਿੰਦਾ ਸਾਡਾ ਨਾ ਚੈਨਲ ਜਿਹੜਾ ਮਰਜ਼ੀ ਬੰਦਾ ਬਣਾ ਲਵੇ ਅੱਜ ਕੱਲ੍ਹ। ਇਹ ਕਹਿੰਦੇ ਪ੍ਰਿੰਟ ਵਾਲੇ ਅਸੀਂ ਖਬਰ ਕਹਿੰਦੇ ਲਾਉਂਦੇ ਲਿਖ ਕੇ, ਮੈਂ ਕਿਹਾ ਚੈਨਲ ਆ ਜਿਹੜਾ ਨਾ ਜਿਹੜਾ ਮਰਜ਼ੀ ਬਣਾ ਲਵੇ। ਬਿਲਕੁਲ, ਬੱਚੇ ਘਰਾਂ 'ਚ ਬਣਾਏ ਹੋਏ ਨੇ। ਹਾਂਜੀ ਹਾਂਜੀ, ਹੈ ਬੱਚੇ ਰੀਲ ਖਿੱਚਦੇ ਹੈਗੇ ਆ, ਅਤੇ ਇਹ ਗੱਲਾਂ ਹੀ ਨੇ। ਮੈਂ ਤਾਂ ਪੁੱਛਣ ਆਏ ਸੀ, ਮੈਂ ਕਿਹਾ ਕਾਂਗਰਸ ਦਾ ਝਾੜੂ ਦਾ ਅਤੇ ਪੰਜੇ ਦਾ ਕਿਹਦਾ ਮੁਕਾਬਲਾ ਚੱਲਣ ਡਿਆ? ਇਹ ਤਾਂ ਜੀ ਮਹਿੰਦਰ ਭਗਤ, ਮਹਿੰਦਰ ਭਗਤ ਆਊਗਾ। ਚਲੋ ਜੀ, ਮਹਿੰਦਰ ਭਗਤ ਆਊਗਾ ਜੀ ਇੱਧਰਲੇ ਪਾਸੇ। ਉਹ ਦੇਖੋ ਜੀ, ਆਹ ਲਓ ਜੀ, ਆਹ ਲਓ ਜੀ ਕਾਰ, ਹੈ ਉਹਨੂੰ ਵੀ ਦਿਖਾ ਦੇ, ਬਾਬੂ ਜੀ ਨੂੰ ਦੇ ਦਿਓ। ਲਓ ਜੀ ਬਾਬੂ ਜੀ, ਤੁਸੀਂ ਦੇਖ ਲਈਓ, ਇੱਧਰ ਆ ਜਰਾ। ਹੈਂ, ਉਹ ਕਹਿੰਦਾ ਸਾਡੀ ਪ੍ਰੈਸ 'ਤੇ ਤੂੰ ਸਿੱਧਾ ਸਿੱਧਾ ਅਟੈਕ ਕੀਤਾ ਹੈਗਾ ਵਾ। ਉਹ ਬੰਦਾ ਮਿਲਿਆ ਕਹਿੰਦਾ ਸਾਡੀ ਪ੍ਰੈਸ 'ਤੇ ਤੂੰ ਸਿੱਧਾ ਸਿੱਧਾ ਅਟੈਕ ਕਰਦਾ। ਮੈਂ ਕਿਹਾ ਭਾਜੀ ਉਹ ਗੱਲਾਂ ਪੁਰਾਣੀਆਂ ਹੋ ਗਈਆਂ ਜਿਹੜੀਆਂ ਸੀ ਪਹਿਲੇ। ਉਹ ਮੈਂ ਆਪਣੀ ਗੱਲ ਦੱਸਦਾ, ਮੈਂ ਜਿਹੜਾ ਤੁਹਾਨੂੰ ਤਾਂ ਪੁੱਛੀ ਨਹੀਂ ਰਿਹਾ ਜੇ ਮੈਂ ਅਜੇ ਪੁੱਛਿਆ ਹੀ ਨਹੀਂ ਉਹਨੂੰ ਗੱਲ। ਮੈਂ ਕਹਿੰਦਾ ਮੈਂ ਬਾਜੀ ਪੁੱਛੀ ਨਹੀਂ ਗੱਲ, ਹੁਣ ਜਲੰਧਰ ਵਾਲਿਓ ਮੈਂ ਗੱਲ ਪੁੱਛੀ ਨਹੀਂ ਤੁਹਾਨੂੰ ਅਜੇ ਕੋਈ, ਤੁਸੀਂ ਮੂੰਹ ਭਰੇ ਪਾਸੇ ਘੁਮਾ ਲਿਆ ਹੈਗਾ ਵਾ, ਅਸੀਂ ਤਾਂ ਗੱਲ ਅਜੇ ਕੀਤੀ ਨਹੀਂ ਹੈਗੀ। ਹੈਂ, ਅਸੀਂ ਤਾਂ ਗੱਲ ਕੀਤੀ ਨਹੀਂ ਅਜੇ, ਪਹਿਲੇ ਘਬਰਾ ਜਾਂਦੇ ਨੇ। ਹਵਾ ਚੱਲਦੇ ਨੇ ਠੰਡੇ ਠੰਡੇ ਜ਼ਿਲ੍ਹੇ, ਤਾਂ ਨਜ਼ਾਰਾ ਆਉਂਦਾ ਜੀ, ਤਾਂ ਪਤਾ ਲੱਗਦਾ। ਉਸਤਾਦ ਜੀ ਉਹ ਖੜ ਜਾਓ ਇੱਕ ਮਿੰਟ, ਉੱਧਰ ਗਏ ਸੀ ਦੁਕਾਨ 'ਤੇ ਅਸੀਂ, ਉੱਧਰ ਬੰਦਾ ਕਹਿੰਦਾ ਮੈਂ ਪ੍ਰੈਸ ਵਾਲਾ ਹੈਗਾ ਵਾਂ। ਮੈਂ ਕਿਹਾ ਭਾਈ ਅਸੀਂ ਪ੍ਰੈਸ ਵਾਲੇ ਨਹੀਂ ਹੈਗੇ, ਅਸੀਂ ਤਾਂ ਸਿਰਫ ਲੋਕਾਂ ਨੂੰ ਦਿਖਾਉਂਦੇ ਵੀ ਸੋਚ ਬਦਲੋ ਸਮਾਜ ਬਦਲੇਗਾ। ਇੱਧਰ ਵੋਟਾਂ ਪੈ ਰਹੀਆਂ ਸੀ ਨਾ, ਉਹ ਮੈਂ ਕਿਹਾ ਯਾਰ ਦੇਖੇ ਤਾਂ ਸਹੀ ਵੀ ਝਾੜੂ ਦਾ ਪਹਿਲੇ ਵੀ ਜ਼ੋਰ ਸੀਗਾ, ਹੁਣ ਝਾੜੂ ਦਾ ਜ਼ੋਰ ਹੈ ਕਿ ਨਹੀਂ ਹੈ? ਸੀਟ ਤਾਂ ਚੰਨੀ ਕੱਢ ਕੇ ਲੈ ਗਿਆ ਐਤਕੀ ਕਾਂਗਰਸ। ਸ਼ੀਤਲ ਕਹਿੰਦਾ ਮੈਂ BJP ਚਲਾ ਗਿਆ, ਇਹ ਬਣੂਗਾ ਕੀ, ਇਹ ਬਣੂਗਾ ਕੀ? ਹੈਂ,
ਇਹ ਖਿੱਚਣੀ ਪੈਂਦੀ ਹੈ ਸਾਰੇ ਪਾਸੇ, ਜਿਹੜਾ ਮਰਜ਼ੀ ਆ ਜਾਈ ਅੱਧੇ ਰਹਿਣਾ ਸਾਰਾ ਕੁਝ, ਜਿਹੜਾ ਮਰਜ਼ੀ ਆ ਜਾਵੇ ਅੱਧੇ ਰਹਿਣਾ। ਜਲੰਧਰ ਵਾਲਾ ਬੜੇ ਸਿਆਣੇ ਹੁੰਦੇ ਹੈਗੇ, ਸਿਆਣੇ ਤੇ ਹੈਗੇ ਪਰ ਲੀਡਰ ਨਹੀਂ ਨਾ ਸਿਆਣੇ ਹੈਗੇ, ਕੀ ਕਰੀਏ। ਅੱਛਾ ਲੀਡਰ ਨਹੀਂ ਸਿਆਣੇ ਹੈਗੇ, ਜਲੰਧਰ ਵਾਲੇ ਤਾਂ ਸਿਆਣੇ ਨੇ, ਉਹਨਾਂ ਦੇ ਚੁਣ ਲਿਆ ਵਾਲੇ ਝਾੜੂ ਵੀ ਚੁਣ ਲਿਆ ਹੁਣ ਕਾਂਗਰਸ ਵੀ ਚੁਣ ਲਈ। ਤੀਜਾ ਨੰਬਰ ਦੇਖੋ ਹੁਣ ਉਹਦੇ ਕੋਲ ਪਤਾ ਲੱਗ ਜਾਊ 10 ਤੋਂ ਬਾਅਦ। ਅੱਛਾ ਅੱਛਾ, ਉਹ ਜਲੰਧਰ ਵਾਲੇ ਦੱਸਣਗੇ। ਹਾਂ ਤੇ ਜਲੰਧਰ ਵਾਲੇ ਦੱਸਣਗੇ, ਕਾਰਡ ਲੈ ਲਓ, ਹਾਂ ਚਲੋ ਜਾਓ। ਹੋਰ ਕੀ ਹਾਲ ਹੈ? ਮੈਂ ਕਿਹਾ ਵੋਟਾਂ ਫਿਰ ਆ ਗਈਆਂ। ਹਾਂ ਵੋਟਾਂ ਆ ਗਈਆਂ, ਵੋਟਾਂ ਫਿਰ ਪਾਉਣੀਆਂ ਪੈਣੀਆਂ ਨੇ। ਤੀਜੀ ਵਾਰ ਵੋਟਾਂ ਆ ਗਈਆਂ, ਤੀਜੀ ਵਾਰ ਐਤਕੀ। ਪਹਿਲੇ ਰਿੰਕੂ ਦੀ ਪਈਆਂ ਸੀਗੀਆਂ, ਫਿਰ ਚੰਨੀ ਦੀਆਂ ਪਈਆਂ, ਅਤੇ ਹੁਣ ਇੱਕ ਹੋਰ ਵਿੱਚ ਪੈ ਗਿਆ। ਹੈਂ ਆਇਆ ਵੀ ਬੜੀ। ਹੋਰ ਵੈਸੇ ਐਤਕੀ ਝਾੜੂ ਚੱਲੂ ਜਾਂ ਆਪਣਾ ਪੰਜਾ ਚੱਲੂ ਐਤਕੀ? ਪਤਾ ਨਹੀਂ, ਉਹਦੇ ਰੰਗ ਨਿਆਰੇ ਆ। ਰੱਬਾ ਤੇਰੇ ਰੰਗ ਨਿਆਰੇ, ਹੁਣੇ ਮੀਂਹ ਪਾ ਦੇਣਾ ਰੱਬ ਨੇ। ਹਾਂ ਦੇਖ ਲਓ ਤੁਸੀਂ, ਹੈਂ ਰੱਬ ਨੇ ਮੀਂਹ ਹੁਣੇ ਪਾ ਦੇਣਾ। ਚਲੋ ਸਭ ਕੁਝ ਹੋ ਜਾਣਾ, ਇਹ ਰੰਗ ਨਿਆਰੇ ਆ ਜੀ, ਕਿਸੇ ਦੇ ਦਿਲ ਦਾ ਕੀ ਪਤਾ ਕਿੱਧਰ ਜਾਣਾ, ਕਿੱਧਰ ਜਾਣਾ ਹੈ। ਬਾਕੀ ਗੱਲ ਸਹੀ ਹੈਗੀ ਆ, ਇਹ ਤੈਨੂੰ ਕਹਿੰਦੀ ਆ ਮੈਂ ਝਾੜੂ ਨੂੰ ਪਾਣਾ, ਚੱਲ ਜਾ ਪੰਜੇ ਵੱਲ। ਹਾਂ ਕਹਿੰਦੇ ਕੁਛ ਆ ਕਰਦੇ ਕੁਛ ਆ, ਪਤਾ ਨਹੀਂ ਲੱਗਦਾ ਹੈਗਾ। ਚਾਹ ਇੱਥੋਂ ਪੀਣੀ ਆ, ਪਾਣੀ ਠੰਡਾ ਉੱਥੋਂ ਜਾ ਪੀ ਲੈਣਾ, ਪੀ ਲੈਣਾ। ਦਾਗ ਦਾ ਥੋੜੀ ਪਤਾ ਹੈਗਾ ਵਾ, ਲੋਕਾਂ ਦੇ ਦਿਮਾਗ ਦਾ ਥੋੜੀ ਪਤਾ ਹੈਗਾ ਵਾ। ਹਾਂ ਹਾਂ ਹਾਂ, ਤੇ ਸਮੋਸਾ, ਸਮੋਸਾ ਕਿੰਨੇ ਤੁਹਾਡੇ ਤੇ? ਹਾਂਜੀ ਸਮੋਸਾ 10 ਰੁਪਏ, 10 ਰੁਪਏ ਸਾਡੇ ਨਾ ਐਡਾ ਸਮੋਸਾ ਨਾ ਅਸੀਂ ਰੱਖ ਕਰ ਲਿਆ ਲੁਧਿਆਣੇ, ਉਹ 15 ਰੁਪਏ ਦਾ, ਐਨੀ ਮਹਿੰਗਾਈ ਹੈ ਲੁਧਿਆਣੇ। ਮੁੰਡੇ ਦੇਖ ਰਿਹਾ ਤੈਨੂੰ, ਬਹੁਤ ਜੀ ਗਰਮੀ ਆ, ਗਰਮੀ ਆ, ਉਸ ਪੈਂਦੀ ਆ, ਮੀਂਹ ਆ ਗਿਆ ਫਿਰ ਚਿੱਕੜ ਹੋ ਜਾਣਾ, ਫਿਰ ਹੋਰ ਗਰਮੀ ਵੱਧ ਜਾਣੀ ਆ। ਰੱਬ ਦੇ ਰੰਗ ਨੇ, ਚਲੋ ਜੋ ਉਹਦੀ ਮੌਜ ਆ, ਮੌਜ ਆ ਉਹਦੀ। ਹੈ ਇਹ ਜਿਹੜੇ ਪੋਲਟਿਕਸ ਵਾਲੇ ਲੀਡਰ, ਇਹਨਾਂ ਦੀ ਆਪਣੀ ਮੌਜ ਹੈਗੀ ਆ, ਵੋਟਾਂ ਪਵਾ ਦਿੰਦੇ, ਕਦੇ ਇੱਧਰ ਚੱਲ ਜਾਂਦੇ, ਕਦੇ ਉੱਧਰ ਚੱਲ ਜਾਂਦੇ ਹੈਗੇ ਆ। ਚਲੋ ਕੋਈ ਨਹੀਂ, ਜਿੱਧਰ ਮਰਜ਼ੀ ਕੋਈ ਜਾਵੇ, ਆਪਾਂ ਕੀ ਲੈਣਾ ਦੇਣਾ, ਉਹਦਾ ਆਪਾਂ ਕੀ ਲੈਣਾ ਹੈਗਾ। ਆਪਾਂ ਤਾਂ ਗਰਮੀ ਆ ਤੇ ਗਰਮੀ ਚੱਲਣੀ ਆ, ਸਰਦੀ ਆ ਤੇ ਸਰਦੀ ਚੱਲਣੀ ਆ। ਝਾੜੂ ਚੱਲੂ ਜਾਂ ਫਿਰ ਪੰਜਾ ਚੱਲੂ? ਹੁਣ ਤੇਰੇ ਪਾਸੇ ਝਾੜੂ, 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 ਉਹ ਕਹਿੰਦਾ ਕਾਂਗਰਸ ਚੱਲੂਗੀ, ਕੰਮ ਵੀ ਮਾਂ ਸਰਕਾਰ ਨੇ ਕਰਨਾ। ਅੱਛਾ, ਹੋਰ ਮਾਂ ਨੇ ਕੰਮ ਕਰਨਾ? ਅੱਛਾ ਅੱਛਾ, ਮੁਕਾਬਲਾ ਵੇਖਣ ਵਾਲਾ ਐਤਕੀ। ਮੈਨੂੰ ਕਾਂਗਰਸੀ ਬੜੇ ਮਿਲੇ ਨੇ, ਟੱਕਰ ਐਤਕੀ ਬਰਾਬਰ ਦੀ ਆ, ਐਤਕੀ ਟੱਕਰ ਬਰਾਬਰ ਦੀ ਹੋ ਗਈ ਤੁਹਾਡੇ ਮਹੱਲੇ ਦੇ ਵਿੱਚ, ਝਾੜੂ ਤੇ ਕਾਂਗਰਸ। ਇਹ ਕਹਿੰਦਾ ਝਾੜੂ ਆ, ਉਹ ਕਹਿੰਦਾ ਕਾਂਗਰਸ ਹੈਗਾ, ਤੁਹਾਡੇ ਕੀ ਖਿਆਲ ਬਣਦਾ ਪਿਆ ਹੁਣ? ਦੇਖੋ ਕਿਸਮਤ ਦੀਆਂ ਗੱਲਾਂ, ਸਾਰੇ ਕਿਸਮਤ, ਕਿਸਮਤ ਤੇ ਛੱਡ ਦਿਓ ਆਪਣਾ, ਬਸ ਬਸ ਸਵੇਰੇ ਆਪਾਂ ਹੱਥ ਜੋੜ ਕੇ ਬੈਠਦੇ, ਰੱਬਾ ਰੋਟੀ ਦੇ ਦੇ, ਬਸ ਕਰਮਾਂ ਦੇ ਕਮਾ ਕੇ ਖਾਣੀ ਆ, ਬਸ ਬਸ ਇਹੀ ਤਾਂ ਸਾਰੀ ਗੱਲ ਹੈਗੀ ਆ। ਕਹਿੰਦੇ ਕਿਸਮਤ ਆ ਭਾਈ, ਤੂੰ ਐਵੇਂ ਕਹੀ ਜਾਂਦਾ ਝਾੜੂ ਝਾੜੂ, ਕਿਸਮਤ ਆ ਇਹ, ਕਿਸਮਤ ਕਿਉਂ? ਹਾਂ ਪੱਕਾ ਝਾੜੂ ਆ, ਆ ਕਹਿੰਦਾ ਪੱਕਾ ਝਾੜੂ ਆ, ਕਿ ਬੰਦਾ ਕਹਿੰਦਾ ਪੱਕਾ ਝਾੜੂ ਆ, ਹੈਲੋ ਪੱਕਾ ਝਾੜੂ। ਅੱਛਾ ਚਲੋ, ਸਾਨੂੰ ਕਿਹੜਾ ਲੱਗੇ ਨੇ, ਕੋਈ ਸੌਦਾ ਪਵਾ ਕੇ ਦਿੱਤਾ ਦਾ, ਪੱਕਾ ਹੋਵੇ ਕੋਈ ਕੱਚਾ ਹੋਵੇ, ਉਹ ਤੇ ਆਪਣੀ ਕਿਸਮਤ ਲੈਣੀ ਕਿਸੇ ਨੇ, ਠੀਕ ਹੈ ਕਿ ਨਹੀਂ? ਚਲੋ ਹਰ ਇੱਕ ਦੀ ਆਸ ਪੂਰੀ ਹੋਣੀ ਚਾਹੀਦੀ, ਪੂਰੀ ਹੋਵੇ। ਚਲ ਭਾਈ ਆ ਕਹਿੰਦਾ ਪੱਕਾ ਹੀ ਆ, ਉਹ ਲਾਸਟ ਵਾਲੀ ਆ, ਹਾਂ ਮਿੰਦਰਬਾ ਲਾਸਟ ਵਾਲੀ ਆ। ਅੱਛਾ ਅੱਛਾ, ਇਸ ਕਰਕੇ ਉਹ ਜਿਤਾਣਾ ਪੈਣਾ, ਜਿਤਾਣਾ ਪੈਣਾ ਕਹਿੰਦੇ ਸਾਨੂੰ, ਉਹ ਜਿਤਾਣਾ ਪੈਣਾ। ਚਲੋ ਕੋਈ ਨਹੀਂ, ਚਲੋ ਜਿਹੜਾ ਵੀ ਜਿੱਤੂਗਾ ਯਾਰ ਅੱਗੇ ਚੱਲ ਯਾਰ ਹੋਰ ਪਾਸੇ, ਜਿੱਤੇਗਾ ਉਹਦੀ ਕਿਸਮਤ ਆ, ਕਿਸਮਤ। ਆਪਾਂ ਕੀ ਕਰ ਸਕਦੇ ਹੈਗੇ ਆ, ਝਾੜੂ ਜੁੱਤ ਜੇ, ਪੰਜਾ ਜੁੱਤ ਜੇ, ਫੁੱਲ ਜੁੱਤ ਜੇ, ਉਹਦੀ ਕਿਸਮਤ। ਕਹਿੰਦੇ ਇੱਕ ਬੰਦਾ ਉਹਨੂੰ ਕਹਿੰਦਾ ਫੁੱਲ ਜਿੱਤ ਜੂਗਾ, ਕਹਿੰਦਾ ਵਿੱਚੋਂ ਕੱਢ ਕੇ ਲਾਈਨ ਗੇਮ ਹੋਣੀ। ਹੈਂ ਉਹ ਫੁੱਲ ਵਾਲਾ ਕਹਿੰਦਾ ਫੁੱਲ ਜਿੱਤ ਜੂਗਾ, ਅੱਛਾ ਕੀ ਕੀਤਾ ਦੱਸੋ, ਕਿਨੇ ਫੁੱਲ ਵਾਲੇ ਨੇ? ਨਹੀਂ ਕਹਿੰਦੇ ਭਗਵੰਤ ਮਾਨ, ਅੱਛਾ ਕੀ ਕੀਤਾ ਨੇ, ਆਪਣੇ ਸੜਕ ਨਹੀਂ ਬਣੀ ਉਹਦੇ ਕੋਲ ਆਪਣੀ। ਅੱਛਾ ਹਾਂ,
ਸ਼ੀਤਲ ਗੋਲ ਕਦੀ ਛੱਡ ਗਿਆ ਨਾ ਪਾਰਟੀ, ਆਪਣੀ ਛੱਡਦੀ ਬੜੀ, ਆਪਣੀ ਕਦੀ ਕਹਿੰਦਾ ਮੈਂ ਛੱਡਦੀ ਉਹ ਪਾਰਟੀ, ਉਹ ਆਪਣੀ ਛੱਡਦੀ ਬੜੀ ਉਹਦੋਂ ਕਹਿੰਦਾ ਪਾਰਟੀ ਤੇ ਤੇਰੀ ਛੱਡ, ਬਣਾਂਦਾ ਨਾ ਛੱਡਦਾ ਕਹਿੰਦਾ ਮੇਰੀ ਸੁਣਵਾਈ ਨਹੀਂ ਹੁੰਦੀ ਜੀ, ਸੁਣਵਾਈ ਹੁੰਦੀ ਹੁੰਦੀ ਆਉਣੀ ਹੈ, ਉਹ ਮੁੰਡਾ ਦੱਸੋ ਯਾਰ ਤੂੰ ਸਾਰੇ ਪਾਸੇ ਘੁੰਮਦਾ ਹੈਗਾ ਵਾ, ਝਾੜੂ ਆ ਪੰਜਾਬ ਆ ਇੱਧਰ ਵੋਟਾਂ ਪੈ ਰਹੀਆਂ ਨਾ, ਹਾਂਜੀ ਹਾਂਜੀ, ਤੇ ਇੱਧਰ ਕੀ ਬਣੂਗਾ ਉਹ ਕਹਿੰਦਾ ਝਾੜੂ ਜਿੱਤੂਗਾ, ਉਹ ਕਹਿੰਦਾ ਕਾਂਗਰਸ ਜਿੱਤੂਗੀ, ਕਹਿੰਦਾ ਮੋਦੀ ਜਿੱਤੂਗਾ, ਚਲੋ ਬਾਈ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗਣਾ ਯਾਰ, ਬਾਅਦ ਵਿੱਚ ਤੇਰਾ ਕੀ ਖਿਆਲ ਬਣਦਾ ਪਿਆ ਹੁਣ, ਦੇਖੋ ਵਧੀਆ ਦੱਸ ਦੇ ਯਾਰ, ਦੇਖੋ ਕੀ ਹੈ, ਦੇਖੋ ਕੀ ਬਣਦਾ, ਸਾਰੀ ਅੜੀ ਘੁੰਮਦਾ ਹੈਗਾ, ਹਾਂਜੀ ਹਾਂਜੀ, ਸਾਰਾ ਤੁਹਾਨੂੰ ਪਤਾ ਹੈਗਾ, ਜੇ ਤੂੰ ਨਾ ਦੱਸਿਆ ਨਾ, ਨਹੀਂ ਨਹੀਂ ਉਹ ਬੇਈਮਾਨੀ ਹੋਈ, ਧੋਖਾ ਹੋਇਆ ਨਾ, ਬੇਈਮਾਨੀ ਧੋਖੇ ਦੀ ਗੱਲ ਨਹੀਂ ਹੈਗੀ, ਦੇਖੋ ਹੁਣ ਮੁਕਾਬਲਾ ਕਿਹਦੇ ਕਿਹਦੇ ਚ ਭਾਜੀ, ਹੁਣ ਜਿੱਦਾਂ ਇੰਡੀਆ ਦਾ ਮੈਚ ਹੈਗਾ ਸਾਊਥ ਅਫਰੀਕਾ ਨਾਲ, ਹੁਣ ਦੇਖੋ ਜੋ ਵੀ ਹੈਗਾ ਹੁਣ ਉਹ ਤਾਂ ਰਿਜ਼ਲਟ ਬਾਅਦ ਹੀ ਪਤਾ ਲੱਗੂਗਾ ਜੀ, ਹੁਣ ਆਪਾਂ ਕਹਿੰਦੇ ਕਿ ਇੰਡੀਆ ਜਿੱਤ ਜਾਵੇ, ਜ਼ੋਰ ਦਾ ਪਤਾ ਲੱਗ ਜਾਂਦਾ ਨਾ ਸੈਮੀਫਾਈਨਲ ਜਾ ਕੇ ਫਾਈਨਲ ਜਾ ਕੇ, ਹਾਂਜੀ ਜ਼ੋਰ ਕਿਹਦੇ ਕਿਹਦੇ ਸੀ, ਝਾੜੂ ਦਾ ਤੇ ਆਪਣਾ ਕਾਂਗਰਸ ਦਾ, ਭਾਜੀ ਦੋਨੋਂ ਬਰਾਬਰ ਹੀ ਹੈਗਾ, ਝਾੜੂ ਤੇ ਦੋਨੋਂ ਕਾਂਗਰਸ ਤੇ ਝਾੜੂ ਦੋਨੋਂ ਬਰਾਬਰ ਹੈਗਾ, ਇਹ ਕਹਿੰਦੇ ਭਾਈ ਬਰਾਬਰ ਹੈ ਕਾਂਗਰਸ ਤੇ ਝਾੜੂ ਦਾ ਬਰਾਬਰ ਹੈ ਮੁਕਾਬਲਾ, ਹਾਂ ਹਾਂ ਹਾਂ, ਚਲੋ ਵੀ ਠੀਕ ਆ ਭਾਜੀ, ਚਲੋ ਠੀਕ ਹੈ ਚੱਲਦੇ ਹੈਗੇ ਆ, ਗਰਮੀ ਬੜੀ ਹੈਗੀ ਆ, ਚਲੋ ਠੀਕ ਹੈ ਦੋਸਤ।